जस्सी कत्ल केस में एसएसपी ने की प्रेस कॉन्फ्रेंस। ਇਹਦੇ ਵਿੱਚ ਸਨ 2000 ਦੇ ਵਿੱਚ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਅਮਰਗੜ੍ਹ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕੇਸ ਰਜਿਸਟਰ ਹੋਇਆ ਸੀ 48 ਨੰਬਰ FIR। ਉਸ FIR ਦੇ ਦੌਰਾਨ ਇਟ ਵਾਸ ਅ ਮਰਡਰ ਕੇਸ। ਉਸ FIR ਦੇ ਦੌਰਾਨ ਦੋ ਬੰਦੇ PO ਡਿਕਲੇਅਰ ਹੋ ਗਏ ਸੀਗੇ ਜਿਹੜੇ ਕਿ ਕੈਨੇਡਾ ਦੇ ਵਿੱਚ ਸੀ। ਆਫਟਰ ਡਿਕਲੇਰੇਸ਼ਨ ਆਫ PO ਸਨ 2004 ਦੇ ਵਿੱਚ ਐਕਸਟ੍ਰਾਡੀਸ਼ਨ ਪ੍ਰੋਸੈਸ ਜਿਹੜੀ ਸੀਗੀ ਉਹ ਸੰਗਰੂਰ ਡਿਸਟ੍ਰਿਕਟ ਪੁਲਿਸ ਵੱਲੋਂ ਮੂਵ ਕੀਤੀ ਗਈ ਸੀਗੀ। ਅਤੇ ਉਹ ਆਫਟਰ ਫੋਲੋਇੰਗ ਦ ਪ੍ਰੋਸੀਜਰ ਡਿਟੇਲ ਦੇ ਵਿੱਚ ਜਿਹੜੀ ਹੈਗੀ ਹੈ ਅਰਾਊਂਡ 2014 ਦੇ ਆਸ ਪਾਸ ਕੈਨੇਡਾ ਵੱਲੋਂ ਐਕਸਟ੍ਰੈਡੀਸ਼ਨ ਜਿਹੜੀ ਸੀ ਅਪਰੂਵ ਕਰਤੀ ਗਈ ਸੀਗੀ। ਬਟ ਆਫਟਰ ਅਪਰੂਵਲ ਜਿਹੜਾ ਸੀਗਾ, ਜਿਹੜਾ ਪ੍ਰੋਸੀਜਰ ਸੀਗਾ ਕੋਰਟ ਦੀ ਪਰਮਿਸ਼ਨ ਤੋਂ ਬਾਅਦ ਐਕਸਟ੍ਰੈਡੀਸ਼ਨ ਹੋਣੀ ਸੀਗੀ, ਉਹ ਪ੍ਰੋਸੀਜਰ ਕੰਪਲੀਟ ਹੋਣ ਤੋਂ ਬਾਅਦ 24 ਜਨਵਰੀ ਨੂੰ, ਯਾਨੀ ਕਿ ਕੱਲ੍ਹ ਸਵੇਰੇ, ਜਿਹੜੇ ਦੋ ਸਾਡੇ PO ਸੀਗੇ ਆਫਟਰ ਐਕਸਟ੍ਰੈਡੀਸ਼ਨ ਪ੍ਰੋਸੈਸ, ਇਹ ਇੱਥੇ ਇੰਡੀਆ ਦੇ ਵਿੱਚ ਲੈਂਡ ਹੋਏ ਅਤੇ ਜਿਨ੍ਹਾਂ ਨੂੰ ਸੰਗਰੂਰ ਪੁਲਿਸ ਦੀ ਟੀਮ ਨੇ ਜਾ ਕੇ ਏਅਰਪੋਰਟ ਦਿੱਲੀ ਤੋਂ ਅਰੈਸਟ ਕੀਤਾ। ਅਤੇ ਅਰੈਸਟ ਕਰਨ ਤੋਂ ਬਾਅਦ ਹੁਣ ਇਹਨਾਂ ਨੂੰ ਜਿਹੜਾ ਅੱਜ ਹੈ ਕੋਰਟ ਦੇ ਵਿੱਚ, ਸੰਬੰਧਿਤ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਉਸ ਦੌਰਾਨ ਸਾਨੂੰ 4 ਦਿਨ ਦਾ ਫਿਲਹਾਲ ਰਿਮਾਂਡ ਮਿਲਿਆ ਹੈ। ਇਹਨਾਂ ਦੇ ਪ੍ਰਤੀ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਕੇ ਜਿਹੜਾ ਸਪਲੀਮੈਂਟਰੀ ਚਲਾਨ ਹੈ ਉਹ ਕੋਰਟ ਦੇ ਵਿੱਚ ਦਿੱਤਾ ਜਾਏਗਾ। ਸਰ, ਜਿਸ ਐਡਾ ਵੱਡਾ ਕੇਸ ਸੀਗਾ, ਤੁਸੀਂ ਸਮਝਦੇ ਹੋ ਵੀ ਪੁਲਿਸ ਦੀ ਇੱਕ ਚੰਗੀ ਕਾਰਗੁਜ਼ਾਰੀ ਲਈ ਵੀ ਵਿਦੇਸ਼ ਦੇ ਵਿੱਚੋਂ ਬੰਦੇ ਨੂੰ ਲੈ ਕੇ ਆਉਣਾ ਕਿਸ ਤਰ੍ਹਾਂ ਦੇਖਦੇ ਹੋ? ਇਹ ਇੱਕ ਬੜੀ ਹੀ ਅੱਛੀ ਐਗਜ਼ਾਮਪਲ ਵੀ ਹੈ ਜੀ, ਅਤੇ ਬੜਾ ਹੀ ਅੱਛਾ ਫਿਊਚਰ ਵਾਸਤੇ ਇੱਕ ਸਾਈਨ ਹੈ ਸਾਰੇ ਮਾੜੇ ਬੰਦਿਆਂ ਵਾਸਤੇ ਕਿ ਜੇ ਕੋਈ ਇਹ ਸੋਚਦਾ ਹੈ ਕਿ ਕਿਸੇ ਇੱਕ ਕੰਟਰੀ ਦੇ ਵਿੱਚ ਕ੍ਰਾਈਮ ਕਰਕੇ ਉਹ ਦੂਸਰੇ ਕੰਟਰੀ ਵਿੱਚ ਜਾ ਕੇ ਲੁਕ ਸਕਦਾ ਹੈ ਅਤੇ ਉਸ ਦੇ ਉੱਤੇ ਉਸ ਤੋਂ ਬਾਅਦ ਕਾਰਵਾਈ ਨਹੀਂ ਹੋਏਗੀ, ਤਾਂ ਇਹ ਹੁਣ ਤੋਂ ਜਿਹੜਾ ਇੰਟਰਨੈਸ਼ਨਲ ਕੋਆਪਰੇਸ਼ਨ ਜਿਹੜੀ ਬਿਟਵੀਨ ਕੰਟਰੀ ਸਟਾਰਟ ਹੋਈ ਹੈ, ਇਹਦੇ ਤਹਿਤ ਹੁਣ ਉਹ ਬੰਦੇ ਜਿਹੜੇ ਹੈਗੀ ਹੈ, ਕੋਈ ਕ੍ਰਿਮੀਨਲ ਹੈ ਉਹਨੂੰ ਵਾਪਸ ਜਿਸ ਦੇਸ਼ ਦੇ ਵਿੱਚ ਕ੍ਰਾਈਮ ਕੀਤਾ ਉਹਦੇ ਵਿੱਚ ਬੁਲਾਇਆ ਜਾਏਗਾ ਅਤੇ ਉਹਦੇ ਜਿਹੜੀ ਉਹਨੂੰ ਸਜ਼ਾ ਬਣਦੀ ਸਜ਼ਾ ਹੈ ਅਤੇ ਉਹਦੀ ਕਾਨੂੰਨੀ ਕਾਰਵਾਈ ਉਹਦੇ ਖਿਲਾਫ਼ ਕੀਤੀ ਜਾਏਗੀ। ਹੁਣ ਉਹਨਾਂ ਦੀ ਫੈਮਿਲੀ ਪੇਰੈਂਟਸ ਫੜੇ ਨੇ ਅਤੇ ਕਿੰਨੀ ਜਲਦੀ ਚਲਾਨ ਜਿਹੜਾ ਪੇਸ਼ ਕੀਤਾ ਜਾਏਗਾ, ਕਿੰਨੀ ਜਿਹੜੀ ਇਨਕੁਆਇਰੀ ਜਲਦੀ ਤੇਜ਼ ਹੋਏਗੀ? ਇਹਨੂੰ ਅੱਛੇ ਤਰੀਕੇ ਨਾਲ ਜੇ ਇਨਵੈਸਟੀਗੇਸ਼ਨ ਕਰਕੇ ਅਸੀਂ ਡਿਊ ਟਾਈਮ ਦੇਵਾਂਗੇ ਤਾਂ ਕਿ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ, ਇਹਦੀ ਪ੍ਰੋਪਰ ਤਰੀਕੇ ਨਾਲ ਚਲਾਨ ਪੇਸ਼ ਕੀਤਾ ਜਾਵੇ, ਜਲਦੀ ਤੋਂ ਜਲਦੀ ਹਾਈ ਪ੍ਰਾਇਰਟੀ ਰੱਖਾਂਗੇ ਕੇਸ ਨੂੰ, ਪਰ ਡਿਊ ਥਰੋ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਇਹਦਾ ਚਲਾਨ ਜਿਹੜਾ ਕੋਰਟ ਦੇ ਵਿੱਚ ਦਿੱਤਾ ਜਾਵੇ।